ਇਹ ਤਾਂ ਡੇਲੀ ਆਉਣਾ ਕਾਲੇ, ਤੂੰ ਕਿੰਨੇ ਦਿਨ ਹੋ ਗਏ ਸਮੇਲ ਕਰਨ? ਇਹ ਤਾਂ ਅੱਜੇ ਆਇਆ। ਜਦ ਪੂਰੀ ਇੰਡੀਆ ਦੇ ਵਿੱਚ ਗਰਮੀ ਪੈਂਦੀ ਆ, ਇੰਡੀਆ ਦੀ ਰਾਜਧਾਨੀ ਦਿੱਲੀ, ਉਹਨਾਂ ਸ਼ਹਿਰਾਂ ਦੇ ਵਿੱਚ ਪਾਣੀ ਮਹਿੰਗਾ ਹੋ ਜਾਂਦਾ, ਪਰ ਉੱਥੇ ਸਾਡੇ ਇਸ ਪੰਜਾਬ ਦੇ ਵਿੱਚ ਇਹੋ ਜਿਹੇ ਮਹਾਂਪੁਰਸ਼ ਪਾਣੀ ਦੀਆਂ ਛਬੀਲਾਂ ਲਾ ਦਿੰਦੇ ਨੇ। ਅੱਜ ਪੂਰੇ ਬਾਬਾ ਜੀ ਕਿੰਨੇ ਦਿਨ ਹੋ ਗਏ ਛਬੀਲਾ ਇਹਨੂੰ? 44 ਦਿਨ ਹੋ ਗਏ ਲਗਾਤਾਰ ਬਾਬਾ ਜੀ ਪਾਣੀ ਦੀ ਛਬੀਲ ਲਾ ਰਹੇ ਨੇ। ਇੱਥੇ ਸਾਡੇ ਜਿਹੜਾ ਸਾਡੇ ਪਿੰਡ ਦਾ ਅੱਡਾ ਮਾਲਾ ਚੱਲਿਆ ਦਾ, ਉਹਦਾ ਦੋਨਾਂ ਸਾਈਡ ਪਾਣੀ ਦੀ ਛਬੀਲ ਲਾ ਦਿੰਦੇ ਨੇ। ਅਤੇ ਬਾਬਾ ਜੀ ਹੋਰ ਪਾਸੇ ਵੀ ਲਾ ਕੇ ਆਉਂਦੇ, ਕਿਤੇ 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 ਲਾ ਕੇ ਆਉਂਦੇ ਜੀ? ਜੋਖਾ ਸਾਹਿਬ ਲਾ ਕੇ ਜੀ, ਦਿੱਲੀ ਜਾਣਾ, ਅੰਮ੍ਰਿਤਸਰ ਲਾ ਕੇ, ਪੂਰੇ 13 ਸਾਲ ਹੋ ਚੁੱਕੇ ਨੇ ਬਾਬਾ ਜੀ ਨੂੰ ਸਾਡੇ ਪਿੰਡ ਦੇ ਮਾਲਾ ਚੱਲੇ ਨੇ ਅੱਡੇ ਪਰ ਛਬੀਲ ਲਾਉਂਦੇ ਨੇ। ਹੋਰ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਵੀ ਲਾਉਂਦੇ ਨੇ, ਜਿੱਥੇ ਕਿਤੇ ਆਪਣਾ ਪਤਾ ਲੱਗੇ ਵੀ ਇੱਥੇ ਅੱਜ ਸੰਗਤ ਦਾ ਜ਼ਿਆਦਾ ਇਕੱਠ, ਉੱਥੇ ਬਾਬਾ ਜੀ ਛਬੀਲ ਲੈ ਕੇ ਚਲੀ ਜਾਂਦੇ, ਉੱਥੇ ਜਾ ਕੇ ਛਬੀਲਾਂ ਲਾਉਂਦੇ ਨੇ। ਅੱਜ ਪੂਰੇ 43 ਦਿਨ ਹੋ ਗਏ ਨੇ, ਹਰ ਸਾਲ ਕਿੰਨੇ ਦੋ ਮਹੀਨੇ ਛਬੀਲ ਲਾਉਂਦੇ ਨੇ ਬਾਬਾ ਜੀ। ਅਤੇ ਹੁਣ ਮੈਂ ਤੁਹਾਨੂੰ ਦਿਖਾਉਂਦਾ ਇੱਥੇ ਜੋ ਵੀ ਸਾਡੇ ਆਪਣੇ ਸਾਡਾ ਪਿੰਡ ਮਾਲਾ ਚੱਲੀਆਂ ਭੈਣੀ ਚੌਂਤਾਂ ਦੇ, ਹੋਰ ਸੰਗਤਾਂ ਹੁੰਦੀਆਂ ਨੇ ਉੱਥੇ, ਦੋ ਦੋ ਤਿੰਨ ਤਿੰਨ ਘੰਟੇ ਸੇਵਾ ਕਰਕੇ ਜਾਂਦੇ ਨੇ। ਸਾਰਾ ਸਵੇਰ ਤੋਂ ਸ਼ਾਮ ਤੱਕ ਇੱਥੇ ਤਿਆਰੀ ਹੁੰਦੀ, ਮੈਂ ਤੁਹਾਨੂੰ ਸਾਰਾ ਘੁੰਮਾ ਕੇ ਦਿਖਾਉਂਦਾ ਚਾਰੇ ਪਾਸੇ, ਮੈਂ ਸਾਰਾ ਘੁੰਮਾਉਂਗਾ ਘੁੰਮਾ ਤੁਹਾਨੂੰ। ਉੱਧਰ ਮੈਨੂੰ ਕਹਿ ਰਹੇ ਜਿਹੜੇ ਬਾਕੀ ਸੇਵਾਦਾਰ ਉੱਧਰ ਪਰਲੇ ਪਾਸੇ ਖੜੇ ਨੇ, ਉਹ ਕਹਿੰਦੇ ਵੀ ਸਾਡੇ ਵਿੱਚ ਬਣਾ, ਮੈਂ ਚੱਲ ਹੁਣ ਤੁਹਾਨੂੰ ਸਾਰਿਆਂ ਵਿੱਚ ਲਊਂਗਾ। ਬਾਬਾ ਜੀ ਤੁਹਾਨੂੰ ਦੱਸ ਚੁੱਕਿਆ ਵੀ ਜੋ ਵੀ ਸਿੰਘ ਸ਼ਹੀਦਾਂ ਦੀ ਯਾਦ ਵਿੱਚ ਇਹ ਮਿੱਠੇ ਪਾਣੀ ਦੀ ਛਬੀਲਾਂ ਲਾਉਂਦੇ ਨੇ ਇੱਥੇ, ਅਤੇ ਸੰਗਤਾਂ ਸਕਦੀਆਂ ਅਤੇ ਵਾਹਿਗੁਰੂ ਵਾਹਿਗੁਰੂ ਕਰਕੇ ਅੱਗੇ ਲੰਘ ਜਾਂਦੀਆਂ ਨੇ। ਚਲੋ ਹੁਣ ਮੈਂ ਤੁਹਾਨੂੰ ਜਿਹੜੇ ਸੰਗਤਾਂ ਸਾਡੇ ਪਿੰਡ ਦੇ ਨੇੜੇ ਤੇੜੇ ਵਾਲੇ ਸਾਰੇ ਉਹ ਦਿਖਾਉਂਦਾ ਚਾਰੇ ਪਾਸੇ ਜਿੱਦਾਂ ਉਹ ਸੇਵਾ ਕਰਦੇ ਨੇ ਇੱਥੇ। ਵੀਡੀਓ ਬਣਾ ਲਈ ਇੱਧਰ ਆ, ਮੇਰੇ ਪਿੰਡ ਦੇ ਸੇਵਾਦਾਰ ਖੜੇ ਨੇ ਪਾਣੀ ਪਿਲਾ ਲੋ। ਬਾਈ ਸਾਈਡ ਨੂੰ ਲਾ ਲਾ, ਸਾਈਡ ਨੂੰ ਵੇਖੋ ਤੁਸੀਂ ਯਾਰ, ਰੋਲਾ ਜਾ ਜਾ ਪਾਣੀ ਪਿਲਾ ਦੋ, ਪਾਣੀ ਪਿਲਾਓ ਉੱਧਰ ਜਾ ਕੇ, ਜਾਓ 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 ਭੱਜ ਕੇ ਜਾਓ ਯਾਰ, ਜਾਣਦੇ ਆ ਜਾਓ। ਹੁਣ ਉਹਨੇ ਸਗਲੇ ਸਾਈਡ ਕਰਕੇ ਲਾਉਣੀ ਸਗਲੇ ਨੇ ਯਾਰ, ਕਿੱਥੇ ਨਿੰਮਾ? ਨਿੰਮੇ ਨਿੰਮੇ ਨਾ ਗਾ, ਨਿੰਮੇ ਆ ਜਾ ਬਾਬਾ ਜੀ ਨਾਲ ਮੇਰੀ ਸਪੀਲ ਚ ਵੀਡੀਓ ਬਣਾਇਆ। ਚੱਲ ਇੱਕ ਵਾਰੀ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ, ਇੱਕ ਵਾਰ ਨਹੀਂ ਮੈਂ ਕਹਿ ਦੇ, ਉੱਚੀ ਬੋਲ ਕਿੱਥੇ ਕਿਹੜੇ ਪਿੰਡ ਦੇ ਆਇਆ ਬਾਈ? ਅੱਛਾ, ਤੇ ਸਿਰ ਨਹੀਂ ਢਾਕਿਆ, ਨੰਗੇ ਸਿਰ ਆਇਆ ਹੋਇਆ? ਸੇਵਾ ਨੰਗੇ ਸਿਰ ਨਹੀਂ ਕਰੀ, ਸਿਰ ਢਾਕਿਆ ਜਾ ਕੇ? ਕਿੰਨੇ ਦਿਨ ਸੇਵਾ ਹੋ ਗਈ ਤੈਨੂੰ ਕਰਦੇ ਨੂੰ? ਵੈਰੀ ਗੁੱਡ। ਉਧਰੋਂ ਪਰਲੇ ਪਾਸੇ ਵੀ ਸੇਵਾਦਾਰ ਖੜੇ ਨੇ, ਅਸੀਂ ਆਏ ਸਾਡੇ ਦੂਜੇ ਸੇਵਾਦਾਰ ਖੜੇ, ਆਹ ਗੱਡੀ ਆ ਕੇ ਸਾਹਮਣੇ ਹੱਥ ਦੇ ਰਹੇ ਨੇ, ਉਹ ਗੱਡੀ ਰੋਕੀ ਤੇ ਇਹਨੂੰ ਪਾਣੀ ਪਿਲਾਉਂਗੇ ਇਹ। ਆ ਨਿੰਮਾ ਬਾਈ ਜਿਹਨੇ ਹੁਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿਹਾ, ਇਹ ਬੰਦਾ ਏਟੀਐਮ ਉੱਥੇ ਲੱਗਿਆ ਹੋਇਆ ਸੀ, ਜਿਹੜਾ ਗੱਡੀ ਆ ਗਈ ਖੋਰਾ ਗੱਡੀ, ਕਾਲਾ ਹੱਥ ਦੇ ਰਿਹਾ ਸੀ ਇਹਨੂੰ ਕਿੱਥੇ? ਅੱਛਾ ਹਾਂ, ਅੱਜ ਜਿਹੜੀ ਅੱਜ ਕਾਹ ਤਾਂ ਨਹੀਂ ਨਾ ਪਤਾ ਰੁਕ ਰਹੇ ਸੀਗਾ ਨਾ, ਦੋ ਛਬੀਲਾਂ ਲੱਗੇ, ਇੱਕ ਇੱਧਰ ਵੀ ਛਬੀਲ ਲੱਗੀ ਹੋਈ ਆ, ਇਹ ਰੋਡ ਪਰ ਵੀ ਛਬੀਲ ਲੱਗੀ ਹੋਈ, ਇਹ ਰੋਡ ਪਰ ਵੀ ਛਬੀਲ ਲੱਗੇ, ਦੋ ਛਬੀਲਾਂ, ਹਾਂ 1.5 ਕਿਲੋਮੀਟਰ ਛਬੀਲਾਂ ਪਿੱਛੇ ਦੋਨਾਂ ਸਾਈਡ ਲੱਗੀਆਂ ਹੋਈਆਂ ਨੇ, ਇਸ ਕਰਕੇ ਅੱਜ ਸੰਗਤਾਂ ਘੱਟ ਰੁਕ ਰਹੀਆਂ ਨੇ ਇੱਥੇ, ਕੁਝ ਮੌਸਮ ਵੀ ਠੰਡਾ, ਰਾਤੀ ਮੀਂਹ ਪਿਆ ਇਸ ਕਰਕੇ ਨਹੀਂ ਰੁਕਣੇ, ਤੇ ਇੱਥੇ ਲਾਈਨਾਂ ਲੱਗ ਜਾਂਦੀਆਂ, ਉਹ ਲੰਬੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਇੱਥੇ, ਤੁਸੀਂ ਦੇਖ ਲਓ ਕੋਈ ਖੜਤਾ ਰਹੀ ਨਹੀਂ ਰਿਹਾ, ਵੀ ਇੱਧਰ ਪਿੱਛੇ ਵੀ ਛਬੀਲ ਲੱਗੀ ਹੋਈ ਆ ਅਤੇ ਇੱਧਰ ਵੀ ਛਬੀਲ ਲੱਗੀ ਹੋਈ ਆ। ਰਾਤੀ ਚੰਗੀ ਬਾਰਿਸ਼ ਹੋਈ ਆ, ਉਸ ਦੀ ਖੁਸ਼ੀ ਵਿੱਚ ਕਸ਼ਮੀਰ ਸਿੰਘ ਬਾਬਾ ਜੀ ਤੇ ਜੋਸਾ ਸਿੰਘ ਬਾਬਾ ਜੀ ਨੇ ਚੌਲਾਂ ਦਾ ਲੰਗਰ ਲਾਇਆ ਜੀ ਅੱਜ। ਇਹਨਾਂ ਦਾ ਦੋਤਾ ਆਇਆ ਹੋਇਆ, ਕਿੰਨੇ ਦਿਨ ਹੋ ਗਏ ਤੈਨੂੰ ਆਏ ਨੂੰ ਇੱਥੇ? ਬਹੁਤ ਲੱਖ ਦਿਨ ਹੋ ਗਏ ਇਹਨੂੰ ਆਏ ਨੂੰ, ਪਿੱਛੇ ਸਾਂਗਾ ਬਾਬਾ ਜੀ ਖੜੇ ਨੇ,
ਇਹ ਸਾਡੇ ਦੂਜੇ ਬਾਈ ਜੀ ਆ ਗਏ ਨੇ ਜਿਨ੍ਹਾਂ ਨੇ ਲਗਾਤਾਰ ਹਰ ਸਾਲ ਪਾਣੀ ਦੀ ਸੇਵਾ ਇਹੀ ਕਰਦੇ ਨੇ ਜੋ ਮੈਂ ਤੁਹਾਨੂੰ ਦਿਖਾ ਚੁੱਕਿਆ ਪਹਿਲਾਂ ਟਾਬਿਆਂ 'ਚ ਪਾਣੀ ਇਹੀ ਘੋਲਦੇ ਨੇ ਹਰ ਸਾਲ ਇਹ ਸਾਈਡ ਜੋ ਜੂਠੇ ਬਰਤਨ ਹੈ ਜੂਠੇ ਬਰਤਨ ਦੀ ਸੇਵਾ ਹੁੰਦੀ ਆ ਮੈਂ ਤੁਹਾਨੂੰ ਦਿਖਾਉਂਦਾ ਨੇੜੇ ਜਾ ਕੇ ਇਹ ਸਾਈਡ ਦੇਖ ਲਓ ਇੱਥੋਂ ਮੈਂ ਤੁਹਾਨੂੰ ਫਿਰ ਦੱਸਣਾ ਚਾਹੁੰਦਾ ਜੂਠੇ ਬਰਤਨ ਟਰੱਕ ਵਾਲਾ ਬੜਾ ਜਵਾਈ ਫੜਨ ਲੱਗੇ ਇੱਧਰ ਇੱਥੇ ਜੂਠੇ ਬਰਤਨ ਆਹ ਸੁੱਚੇ ਪਏ ਨੇ ਇੱਧਰ ਉਹ ਸਾਈਡ ਜੂਠੇ ਰੱਖ ਦਿੰਦੇ ਨੇ ਪਰਲੇ ਸਾਈਡ ਅਤੇ ਉਹ ਪਹਿਲੇ ਧੋਤੇ ਜਾਂਦੇ ਫਿਰ ਦੂਜੇ 'ਚ ਫਿਰ ਤੀਜੇ 'ਚ ਇੱਧਰ ਬਾਈ ਜੀ ਕੱਢ ਦਿੰਦੇ ਨੇ ਭੋਲੂ ਬਾਈ ਇਹ ਸਾਈਡ ਮੈਂ ਤੁਹਾਨੂੰ ਫਿਰ ਦਿਖਾਉਣਾ ਚਾਹੁੰਦਾ ਬਾਈ ਆਹ ਪਾਣੀ ਤਿਆਰ ਕਰਦਾ 13 ਸਾਲ ਬਾਈ ਨੂੰ ਵੀ ਹੋ ਚੁੱਕੇ ਨੇ ਲਗਾਤਾਰ ਪਾਣੀ ਦੀ ਹੈਂ ਫੋਟੋ ਹਲੇ ਬਾਅਦ 'ਚ ਦਿਖਾਊਂਗਾ ਟੀ ਵੀ 'ਚ ਦੇਖੀ ਹੁਣ ਤੂੰ ਇੱਧਰ ਸੜਕ ਪਰ ਨਹੀਂ ਜਾਣਾ ਹੈਗਾ ਇੱਧਰ ਨੇੜੇ ਨੇੜੇ ਰਹਿਣਾ ਤੁਸੀਂ ਹੁਣ ਤੁਹਾਨੂੰ ਮੈਂ ਦੱਸਦਾ ਵੀ ਆਹ ਮਿੱਠਾ ਪਾਣੀ ਕਿਸ ਤਰ੍ਹਾਂ ਬਣਾਉਂਦੇ ਨੇ ਜੋ ਛਬੀਲ ਵਾਲਾ ਆ ਬਾਈ ਜੀ ਬਣਾਉਂਦੇ ਨੇ ਇਸ ਵਿੱਚ ਕਿੰਨੇ ਲੀਟਰ ਦਾ ਹੋਣਾ ਜੀ ਇਹ ਪੰਜਾਹ ਲੀਟਰ ਦਾ ਹੋਣਾ ਤਕਰੀਬਨ ਆਹ 50 ਲੀਟਰ ਦਾ ਹੋਣਾ ਜੀ ਜਿਸ ਦੇ ਵਿੱਚ 50 ਲੀਟਰ ਪਾਣੀ ਪੈ ਜਾਂਦਾ ਅਤੇ ਇਸ ਦੇ ਵਿੱਚ ਕਿੰਨੀ ਚੀਨੀ ਪੈ ਜਾਂਦੀ ਹੈ ਜੀ ਅੱਛਾ 12 ਕਿਲੋ ਚੀਨੀ ਪੈ ਜਾਂਦੀ ਆ 50 ਲੀਟਰ ਪਾਣੀ ਦੇ ਵਿੱਚ ਅੱਛਾ ਪਾਣੀ ਜ਼ਿਆਦਾ ਕਿਆ ਸਕੈਚ ਕਿਹੜਾ ਪਾਉਂਦੇ ਤੁਸੀਂ ਇਹ ਬਾਰਾਂ ਕਿਲੋ ਚੀਨੀ ਪੈ ਜਾਂਦੀ ਹੈ ਪੂਰਾ ਪਾਣੀ ਦਾ ਭਰ ਕੇ ਫਿਰ ਵਰਤਾਉਂਦੇ ਆ ਵਿੱਚ ਬਰਫ਼ ਵੀ ਪਾਉਂਦੇ ਆ ਠੰਡਾ ਕਰਕੇ ਵੀ ਅੱਛਾ 20 ਕਿਲੋ ਦੇ ਰੇਟ ਵਿੱਚ ਬਰਫ਼ ਪੈ ਜਾਂਦਾ ਠੀਕ ਠੀਕ ਐਨ ਠੰਡਾ ਪਾਣੀ ਠਾਰ ਕਰਕੇ ਇੱਧਰ ਅਤੇ ਇੱਧਰ ਆਹ ਨਾਲ ਦੀ ਨਾਲ ਫਿਰ ਬਣੇ ਪਾਣੀ ਬਣੀ ਜਾਂਦਾ ਫਿਰ ਇੱਧਰ ਸੰਗਤਾਂ 'ਚ ਵਰਤਾਇਆ ਮੈਂ ਤੁਹਾਨੂੰ ਦਿਖਾ ਚੁੱਕਿਆ ਪਹਿਲਾਂ ਵੀ ਇੱਧਰ ਤਾਂ ਫਿਰ ਵਰਤਾ ਦਿੰਦੇ ਆ ਉੱਧਰ ਭੋਲੂ ਬਾਈ ਬੈਠਾ ਇਹ ਸਵੇਰੇ ਸਾਜਰੇ ਜਾ ਕੇ ਬਰਫ਼ ਲੈ ਕੇ ਆਉਂਦਾ ਉਹ ਗੱਡੀ ਦੇ ਵਿੱਚ ਉਹ ਬਾਬਾ ਜੀ ਦੀ ਗੱਡੀ ਖੜੀ ਕਾਰ ਸੇਵਾ ਵਾਲੀ ਹਾਂ ਸਵੇਰੇ ਕਿੰਨੀਆਂ ਸੀਲੀਆਂ ਲਿਆਉਂਦਾ ਬਾਈ 3-4 ਜਿਹੋ ਜਿਹੀ ਜਿੱਦਾਂ ਦੀ ਗਰਮੀ ਹੁੰਦੀ ਮੌਸਮ ਪਤਾ ਲੱਗ ਜਾਂਦੇ ਅੱਜ ਜ਼ਿਆਦਾ ਗਰਮੀ ਪੈਣੀ ਤਾਂ ਉੱਦਾਂ ਸੀਲੀਆਂ ਵਿੱਚ ਬਾਅਦ 'ਚ ਹੋਰ ਵੀ ਲਿਆਉਂਦੇ ਦੇਖਿਆ ਵੀ ਜੇ ਟਾਈਮ ਦੇ ਨਾਲ ਜ਼ਿਆਦਾ ਪਾਣੀ ਲੱਗ ਗਿਆ ਤਾਂ ਹੋਰ ਵੀ ਲਿਆਉਂਦੇ ਜਾ ਕੇ ਜੇ 5-4 ਲੈ ਆਉਂਦੇ ਆ ਤਾਂ ਖੜੇ ਨੇ ਬਾਕੀ ਸੇਵਾਦਾਰ ਪੂਰੇ ਜ਼ੋਰਾਂ ਠੋਰਾਂ ਨਾਲ ਲੱਗੇ ਹੋਏ ਸੇਵਾ ਕਰਨ ਆਹ ਕਾਲਾ ਖੜਾ ਬਾਈ ਦੇਖ ਲਓ ਅੱਜ ਪਹਿਲੀ ਵਾਰ ਸੇਵਾ ਕਰਨ ਆਇਆ ਅੱਜ ਇਹ ਚੱਲ ਗਾ ਚੱਲ ਪਾਣੀ ਪੀਣਾ ਆ ਨਿੰਮਾ ਜੀ ਕਿੰਨਾ ਕੁ ਪਾਣੀ ਪਿਲਾ ਕੇ ਆਇਆ ਬਾਲਾ ਤੂੰ ਕਿੰਨੇ ਨੂੰ ਪਿਲਾ ਕੇ ਆਇਆ ਪਾਣੀ ਜੂਠੇ ਗਲਾਸ ਜੂਠੇ ਬਰਤਨ ਦੀ ਸੇਵਾ ਕਰ ਰਹੇ ਓਏ ਕਿਆ ਕਿਆ ਕਰਦਾ ਹੈਂ ਕਿਆ ਕਰਦਾ ਸੇਵਾ ਕਰਦਾ ਕਿਆ ਕਰਦਾ ਮੈਨੂੰ ਯਾਰ ਦਿਖਦਾ ਘੱਟ ਆ ਉੱਪਰ ਦਾ ਦੇਖ ਇੱਕ ਵਾਰੀ ਇੱਧਰ ਨੂੰ ਦੇਖ ਉੱਪਰ ਦਾ ਦੇਖ ਲੈ ਨਾ ਦੇਖ ਭਾਈ ਨਾ ਦੇਖ ਬਈ ਅੱਜ ਕੱਲ੍ਹ ਦੇ ਨਿਆਣੇ ਤਾਂ ਰੱਬ ਬਚਾਵੇ ਸੇਵਾ ਨਿਮਰਤਾ ਨਾਲ ਕਰੀ ਸੀ ਬਾਹਰੂ ਬਾਹਰੂ ਬੋਲ ਕੇ ਸਾਡਾ ਜੂਠੇ ਬਰਤਨ ਮਾਜ ਕੇ ਫਿਰ ਉੱਧਰ ਫਿਰ ਸਪਲਾਈ ਹੁੰਦੀ ਇੱਥੋਂ ਮੇਰੀ ਅੱਜ ਦੀ ਵੀਡੀਓ ਇੱਥੇ ਤੱਕ ਸੀ ਆਹ ਦੂਜੀ ਸਾਈਡ ਦੇ ਸੇਵਾਦਾਰ ਨੇ ਅਤੇ ਬਾਬਾ ਸੇਵਾ ਸਿੰਘ ਜੀ ਵੀ ਇੱਥੇ ਬੈਠੇ ਨੇ ਨੌ ਵੀ ਸੇਵਾ ਅਤੇ ਕਰ ਵੀ ਰਹੇ ਨੇ ਸੇਵਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਾ ਮੇਰਾ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ
ਬੁੰਮ।